I'm live now. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ. ਕਿਵੇਂ ਹੋ ਸਾਰੇ ਜਣੇ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ. ਬਹੁਤ ਟਾਈਮ ਬਾਅਦ ਲਾਈਵ ਆਈ ਆਈ ਥਿੰਕ ਸੋ. ਬਹੁਤ ਟਾਈਮ ਬਾਅਦ. ਸਨੇਹਪ੍ਰੀਤ ਕੌਰ ਮੁਲਤਾਨੀ, ਸਤਿ ਸ਼੍ਰੀ ਅਕਾਲ ਵਾਂਸ ਅਗੇਨ. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. ਕਿਵੇਂ ਹੋ ਸਾਰੇ ਜਣੇ? ਅਰਸ਼ਦੀਪ, ਪਰਮਿੰਦਰ, ਹੈਲੋ 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 ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਹੈਲੋ, ਨਮਸਤੇ, ਹਾਏ. ਚਲੋ ਹੋਰ ਥੋੜ੍ਹੇ ਜਿਹੇ ਜਣੇ ਜੁੜ ਲੈਣਗੇ, ਫਿਰ ਉਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ ਗੱਲਾਂ ਬਾਤਾਂ. ਔਰ ਜਿਹੜੇ ਰੀਜ਼ਨ ਕਰਕੇ ਮੈਂ ਲਾਈਵ ਆਈ ਹਾਂ ਉਹ ਵੀ ਰੀਜ਼ਨ ਦੱਸੂੰਗੀ. ਥੈਂਕ ਯੂ ਸੋ ਮਚ ਅੰਮ੍ਰਿਤ. ਸਤਿ ਸ਼੍ਰੀ ਅਕਾਲ ਪਰਮਜੀਤ ਜੀ. ਸਤਿ ਸ਼੍ਰੀ ਅਕਾਲ ਕੀ ਹੁੰਦਾ? ਸਤਿ ਸ਼੍ਰੀ ਅਕਾਲ. ਹੈਲੋ 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 ਹੈਲੋ. ਥੈਂਕ ਯੂ ਸੋ ਮਚ ਅਨੀਸ਼. ਸੌਂਗ ਕਦੋਂ ਆਉਣਾ? ਥੈਂਕ ਯੂ ਸੋ ਮਚ ਰਮਨ ਕੌਰ. ਥੈਂਕ ਯੂ. ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ. ਸੌਂਗ ਬਹੁਤ ਛੇਤੀ ਆਉਣਾ ਜੀ. ਸੌਂਗ ਕਰਕੇ ਹੀ ਮੈਂ ਬੇਸਿਕਲੀ ਲਾਈਵ ਆਈ ਹਾਂ ਅੱਜ. ਆਈ ਥਿੰਕ ਦੋ ਕੁ ਦਿਨਾਂ ਦੇ ਵਿੱਚ ਵਿੱਚ ਟੀਜ਼ਰ ਪੈ ਜੂਗਾ. ਵੀਡੀਓ ਬਹੁਤ ਸੋਹਣਾ ਬਣਿਆ ਆ. ਜਿੰਨੇ ਕੁ ਤੁਸੀਂ ਮੇਰੇ ਹੁਣ ਤੱਕ ਵੀਡੀਓਜ਼ ਦੇਖੇ ਆ, ਸਾਰਿਆਂ ਨਾਲੋਂ ਕੰਸੈਪਟ ਡਿਫਰੈਂਟ ਆ. ਗੈਰੀ ਭੁੱਲਰ ਉਹਨਾਂ ਨੇ ਵੀਡੀਓ ਕੀਤਾ ਔਰ ਦੇਸੀ ਜੰਕਸ਼ਨ ਦੇ ਲੇਬਲ ਦੇ ਅੰਡਰ ਸੌਂਗ ਆਊਗਾ. ਮੇਰੇ ਨਾਲ ਜਿਹੜੀ ਫੀਚਰਿੰਗ ਕੀਤੀ ਆ ਜੀ ਉਹ ਕਮਲ ਖਹਿਰਾ ਨੇ ਕੀਤੀ ਆ. ਆਈ ਹੋਪ ਤੁਸੀਂ ਸਾਰੇ ਜਣੇ ਗਾਣੇ ਨੂੰ ਪਸੰਦ ਕਰੋਗੇ. ਮਤਲਬ ਮੈਨੂੰ ਪਰਸਨਲੀ ਗਾਣਾ ਬਹੁਤ ਜ਼ਿਆਦਾ ਵਧੀਆ ਲੱਗਦਾ. ਔਰ ਇੱਕ ਹੋਰ ਚੀਜ਼, ਜਿੰਨਾ ਤੁਸੀਂ ਆਡੀਓ ਸੁਣਿਆ ਸੀ ਯਾਰ, ਜਿੰਨਾ ਤੁਸੀਂ ਆਡੀਓ ਸੁਣਿਆ ਸੀਗਾ ਉਹਦੇ ਵਿੱਚ ਜਿਹੜੇ ਲਿਰਿਕਸ ਆ, ਹੁਣ ਵੀਡੀਓ ਦੇ ਵਿੱਚ ਤੁਹਾਨੂੰ ਥੋੜ੍ਹੇ ਜਿਹੇ ਚੇਂਜ ਮਿਲਣਗੇ ਲਿਰਿਕਸ. ਥੈਂਕ ਯੂ ਸੋ ਮਚ ਕਿੰਗ ਖਾਨ. ਨਿਸ਼ਾਨ ਬਾਜਵਾ, ਮੈਂ ਸਾਰਿਆਂ ਦੇ ਕਮੈਂਟਸ ਰੀਡ ਕਰ ਰਹੀ ਹਾਂ. ਅਕਸਰ ਸਾਰਿਆਂ ਨੂੰ ਸ਼ਿਕਾਇਤ ਹੁੰਦੀ ਆ ਵੀ ਮੈਂ ਰੀਡ ਨਹੀਂ ਕਰਦੀ. ਕਰਦੀ ਹੁੰਦੀ ਹਾਂ ਮੈਂ ਜਿੰਨਾ ਕੁ ਮੇਰੇ ਕੋਲ ਟਾਈਮ ਹੁੰਦਾ ਉਸ ਹਿਸਾਬ ਨਾਲ ਮੈਂ ਮੈਸੇਜਿਸ ਵੀ ਤੁਹਾਡੇ ਸਾਰਿਆਂ ਦੇ ਪੜ੍ਹਦੀ ਹੁੰਦੀ ਹਾਂ. ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਇੰਨਾ ਜ਼ਿਆਦਾ ਪਿਆਰ ਕਰਨ ਲਈ. ਬਹੁਤ ਸਾਰੇ ਵਧੀਆ ਮੈਸੇਜਸ ਆਉਂਦੇ ਤੁਹਾਡੇ, ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਦੇ ਆ. ਥੈਂਕ ਯੂ, ਥੈਂਕ ਯੂ, ਥੈਂਕ ਯੂ. ਐਂਡ ਆਈ ਹੋਪ ਤੁਸੀਂ ਹੁਣ ਜਿਹੜਾ ਸੌਂਗ ਆ ਰਿਹਾ ਦੋ ਘੋੜੇ, ਅਤੇ ਉਸ ਤੋਂ ਬਾਅਦ ਇੱਕ ਹੋਰ ਸੌਂਗ ਆ ਉਹਦਾ ਵੀ ਵੀਡੀਓ ਹੋ ਚੁੱਕਾ ਆ. ਮਤਲਬ 16 ਗਾਣੇ ਜਿਹੜੇ ਆ ਟੇਪ ਦੇ ਉਹ ਰੈਡੀ ਪਏ ਆ, ਉਹ ਤਾਂ ਅਸੀਂ ਕਰਨੇ ਕਰਨੇ ਆ. ਅਤੇ ਆਹ ਵਾਲਾ ਗਾਣਾ ਜਿਹੜਾ ਇਹ ਦੋ ਘੋੜੇ ਜਿਹਦਾ ਤੁਸੀਂ ਆਡੀਓ ਸੁਣਿਆ ਸੀ ਇਹਦਾ ਹੁਣ ਵੀਡੀਓ ਆ ਰਿਹਾ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ. ਆਈ ਹੋਪ ਤੁਸੀਂ ਸਾਰੇ ਜਣੇ ਪਸੰਦ ਕਰੋਗੇ. ਥੈਂਕ ਯੂ ਸੋ ਮਚ ਪ੍ਰਿੰਸ. ਥੈਂਕ ਯੂ ਸਵਰਨ ਸਿੰਘ. ਥੈਂਕ ਯੂ ਹਰਮਨਪ੍ਰੀਤ. ਕੀ ਬੋਲਿਆ? ਇੰਸਟਾਗ੍ਰਾਮ ਸਮਝ ਨਹੀਂ ਆਇਆ. ਪੂਰਾ ਕਮੈਂਟ ਲਿਖ ਕੇ ਭੇਜਿਆ ਕਰੋ ਭਾਈ. ਥੈਂਕ ਯੂ ਸੋ ਮਚ ਅਭਿਸ਼ੇਕ ਨੰਦਲ ਬੋਹਰ. ਹੈਲੋ ਪ੍ਰੋਫੈਸਰੀ. ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ ਸਾਰੇ ਜਣੇ ਕਿਵੇਂ ਹੋ? ਹੋਰ ਤੁਹਾਡੇ ਸਾਰਿਆਂ ਨੇ ਘਰ ਪਰਿਵਾਰ ਕਿੱਦਾਂ? ਬਹੁਤ ਸਰਪ੍ਰਾਈਜ਼ ਆ ਰਹੇ ਅੱਗੇ. ਇਨਫੈਕਟ ਮੇਰੇ ਆਪਦੇ ਲਈ ਵੀ ਉਹ ਚੀਜ਼ਾਂ ਸਰਪ੍ਰਾਈਜ਼ ਹੀ ਸੀਗੀਆਂ ਜਿਹੜੀਆਂ ਮੈਨੂੰ ਮਿਲੀਆਂ, ਅਤੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਊਗੀ.
कुछ चीजा है इदा दिया मेरी सोच तो भी परे सी I'm so happy for that and thank you so much to all of you just because of you guys मतलब इन्ना ज़्यादा प्यार मिलता ते वो चीज़ा भी थोड़े करके ही मैंने मिलियाँ ते थोड़े टाइम तक वो भी दसांगे जो जो भी सरप्राइजेज़ आ थैंक यू सॉन्ग सुना दो जी बता दो कौन सा सॉन्ग सुनना चाहोगे आप अज मैं सारे ने कमेंट्स रीड करनी आई हाँ और सॉन्ग की अपडेट देनी सी थोनू दो दिनों के टीजर आजगा आई होप तुसी सारे जने प्यार दोगे सॉन्ग जिदा तुसी मेरे पिछले गाने पसंद किया अठ परचे थैंक यू अठ परचे इन्ना ज्यादा पसंद करूंगी इन्ना ज्यादा प्यार देंगी बनी जी यार मेरा नाम बनी नहीं है बानी आ कई बानी बानी कही आने के बानी भी नहीं है इट्स बानी सूट बहुत वधिया होंगे नमो गया थैंक यू सो मच अठ परचे सुना दो बड़े बड़े वैली पाके घूमे जेबां च जांदा ना ध्यान मेरियां पंजेबां च कीदा कीदा इत्थे दस मूं फड़ लां हो गए शरियाम तेरे शहर चर्च बेबे बापू पुछदे मुंडे दी डिग्री कि दसां अठ चलदे तेरे ते परचे गाने जी सोहने लगदे आ ओहदा रियल लाइफ और रील लाइफ दे विच जमीन आसमान दा फर्क हुंदा भाई इहनूं गाणिआं दी तरह ही लिया करो थैंक यू संसांग संदीप राजपूत ठाकुर थैंक यू रमन सीरत राजन जगी आपने मेकअप क्यों कर रखा डियर में शूट तो नहीं है जी एक मिनट यही जी ना कमेंट पढ़न का वधिया लाग समझ नहीं आया की लिखा थोड़ा जा क्लियर करके लिखो प्रीत कौर मनकिरत तौलक होरा ना भी आ रहा जी मेरा सॉन्ग बहुत छेती गाने का वीडियो हो चुका है तो बस रिलीज़ करना दो घड़े तो बाद उही सॉन्ग आऊगा लॉकडाउन करके थोड़ा जा स्टॉप करता सीगा काम वो वीडियो साडा जनवरी दे विच शूट हो गया सीगा रिलीज़ हो गया बोलिया मैं की बोलिया शूट हो चुका गाना कई पता नहीं की लिखते हैं कुछ नहीं समझ आता मैम नया सॉन्ग बता दिया अभी दो घोड़े आ रहा है और थोड़े दिन में रिलीज हो जाएगा ऑडियो आप लोग सुन ही चुके हो वीडियो के साथ अब रिलीज हो जाएगा और लिरिक्स भी उसमें चेंज होंगे थैंक यू यादविंदर हैलो पुनीत कितों दे आ तुसी मैं मोहाली दी हाँ जी मैम सरपंची सॉन्ग सुना दो ਨਿਆਈਆਂ ਵਾਲੇ ਖੇਤ ਪਾਤੇ ਤਿੰਨ ਢੋਲ ਲਾਉਣ ਦੇ ਚੰਡੀਗੜ੍ਹ ਤੱਕ ਉਹਦੇ ਤਬਕੇ ਨੂੰ ਜਾਣ ਦੇ ਵੈਲੀ ਉਹਦੀ ਮਾਤੇ ਅੱਖ ਖੜੀਆ ਖੱਬੇ ਹੱਥ ਦੀ ਡਿਊਟੀ ਰਹਿੰਦੀ ਮੁੱਛ ਸੱਜੀ ਤੇ ਭਰੀ ਭੀਮ ਦੀ ਅੱਡ ਪੀਜੇ ਬਨੋਟਾਂ ਨਾਲ ਲੱਦੀ ਹੈਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ
ਯਾਰ ਆ ਜਿਹੜੇ ਅੱਖਾਂ ਚੋਂ ਹੰਝੂ ਜਿਹੇ ਨਿਕਲਦੇ ਹੁੰਦੇ ਆ ਵਾਲੀ ਸਮਾਈਲੀ ਭੇਜਦੇ ਆ ਨਾ, ਕਲੀਅਰ ਵੀ ਕਰ ਦਿਆ ਕਰੋ ਮੈਨੂੰ ਕਿਹੜੀ ਖੁਸ਼ੀ 'ਚ ਭੇਜਦੇ ਆ, ਮੈਂ ਵੀ ਹੱਸ ਲਊਂਗੀ ਥੋੜ੍ਹਾ ਜਿਹਾ। मैम पंजाबी बोलते हिंदी नहीं, उन्होंने हिंदी में पूछा था तो मैंने हिंदी में जवाब दे दिया, क्योंकि बहुत सारे लोग ऐसे भी हैं जिनको हिंदी समझ आती है ना, पर मेरी हिंदी बहुत ही ज़्यादा भैड़ी गंदी सी है, पर मैं कोशिश करती हूँ थोड़ी थोड़ी कि सुधर जाए। साड़ी पंजाबी हुई वधिया लगती मैनू, तो पंजाबी मतलब बोल लैनी हाँ वधिया तरीके, हिंदी मेरी इतनी अच्छी नहीं है। थैंक यू सो मच डियर। हेलो हेलो हेलो, थैंक यू यार मैं सारे दे ना कमेंट्स रीड करने की कोशिश कर रही हूँ बट वो स्किप हो जाते हैं। थोड़ा न्यू सॉन्ग अभी अभी बता के हटी हूँ। थैंक यू सो मच गिल संधु, टोटली ऑब्सेस्ड विद योर लाइफस्टाइल, थैंक यू। नहीं ऑब्सेस्ड होना तो साढ़े टैलेंट नाल होवो जी, जड़े भी सिर्फ मेरा नहीं जिन्ने भी आर्टिस्ट आ। थैंक यू। और कोई होर सवाल किसे दा, दैट्स इट मेरा, बिकॉज जिहड़ा रीजन सीगा लाइव आउन दा ओह आई थिंक कंप्लीट हो चुका। तो तुसी सारे जने आई होप गाने नूं पसंद करोगे, डॉलर सॉन्ग सुना दो तुसी। हाँ जी बिल्कुल, तो ऑडियो ने तो तुसी बहुत ज़्यादा पसंद किया ही आ, जिहड़े कमेंटां च गालां कढ रहे आ मैं कुछ बोल नहीं सकती, मेहरबानी करके हमारा या चलो धियां भैन सब दियां सांझियां हुंदियां, एक ही आया हुण तक बंदा, तो वीरे माड़ा जिहा घरे जाके आही गल आपदी मम्मी नूं जां आपदी सिस्टर नूं भी कढ के देख लो, तो देखो भी वह टॉलरेट करदे कि नहीं करदे। ठीक आ, इत्थे कमेंटां च गालां कढ़नियां बहुत सौखियां। दो घोड़े सॉन्ग सुना दो। हाँ जी वीडियो 5-7 दिन दे विच आई थिंक रिलीज़ हो जूगी, बहुत सारिया चीज़ा जस्सी वीर उत्ते खड़ी हैं उन्होंने वीडियो रिलीज़ करनी है, तो वीडियो हो चुकी है। हेलो हेलो हेलो, करण भुलर वीरे आपकी मम्मी नूं पुछ के देख ला माड़ा जा या आपकी सिस्टर नूं, थोड़े वर्गे जिहड़े कमेंटां च गालां कढ़दे हुंदे आ मोहरे आके इन्हां दी जवान नहीं निकलदी हुंदी। हम तो ऐसे ही हैं भाई, हम वैसे नहीं हैं कि पिछों कुछ होर आ ते स्क्रीन दे अगे बाकी आर्टिस्टां वांगू सत श्री अकाल जी। हाँ जी इन्ने ज्यादा ही छोड़ो की बोलना हूँ, मैं कोशिश करती हूँ कि मैं जिदा रियल लाइफ के विच वो थोड़े नाल सारे नाल रूबरू हुंदी रहा उस तरीके दे नाल ही रहा, तो ये पॉजिटिव और नैगेटिव हर सोसाइटी के विच एग्जिस्ट कर दी चीज़ा है ना। सो जिहड़ा बंदा तुहानू सिर्फ और सिर्फ पॉजिटिव चीज़ा ही दिखदियां जिहड़े बंदे दियां, दैट डजंट मीन कि उहदियां नैगेटिव नहीं हुंदियां, दैट मीनस कि वह बंदे नूं पता कि तुसीं मैनिपुलेट किद्दां करना लोकां नूं, ते वह कदे आपदियां नैगेटिव नहीं दिखाऊगा बिकॉज ही और शी इज़ प्रीटी मच क्लीयर अबाउट दैट सॉर्ट ऑफ थिंग्स, कि अगर वह नैगेटिव दिखाऊगा तो उन्हां दी इमेज डाउन होगी, भाई मेरियां नैगेटिव पॉजिटिव सारा कुछ जिद्दां दी वी आ सामने ही रख दिंदी हुंदी आ। Ah,
आई डोंट माइंड बिकॉज़ हर एक काम दे विच हर तरह दे इंसान मिलते हैं और जिन्हों तो आपदे आप तो खुश भी नहीं हुंदा उन्होंने कुछ भी बोल देना आके उन्होंने चीज़ों लिए मैं माइंड नहीं करती बस बाबा उन्होंने मत बख्शे दैट्स इट ਤੁਹਾਡਾ ਫੁੱਲ ਨੇਮ ਕੀ ਹੈ ਜੀ ਮੇਰਾ ਫੁੱਲ ਨੇਮ ਰੁਪਿੰਦਰ ਕੌਰ ਥੈਂਕ ਯੂ ਸੋ ਮਚ ਰਮਨ ਥੈਂਕ ਯੂ ਜਸੀ ਗੱਲ ਆਪਾਂ ਤਾਂ ਇਹ ਕਹਿੰਦੇ ਹਾਂ ਕਿਸੇ ਲਈ ਜੇ ਤੁਸੀਂ ਚੰਗਾ ਨਹੀਂ ਬੋਲ ਸਕਦੇ ਤਾਂ ਕਿਸੇ ਲਈ ਮਾੜਾ ਵੀ ਨਾ ਬੋਲੋ ਬਿਕੋਜ਼ ਉਹ ਬੋਲ ਕੇ ਤੁਸੀਂ ਆਪਣਾ ਆਪ ਨਹੀਂ ਦਿਖਾਉਂਦੇ ਤੁਸੀਂ ਕਿੱਦਾਂ ਦੇ ਆ ਹੁਣ ਤੁਸੀਂ ਇਹ ਦਿਖਾਉਂਦੇ ਆ ਵੀ ਤੁਹਾਡੇ ਘਰ ਦੇ ਕਿੱਦਾਂ ਦੇ ਆ ਬਿਕੋਜ਼ ਉਹ ਚੀਜ਼ਾਂ ਤੋਂ ਅਪਬ੍ਰਿੰਗਿੰਗ ਕੀ ਆ ਜਾਂ ਤੁਹਾਨੂੰ ਘਰਦੇ ਨੇ ਕਿੱਦਾਂ ਪਾਇਆ ਸਾਂਭਿਆ ਕੀ ਸਮਝਾਇਆ ਉੱਥੋਂ ਪਤਾ ਲੱਗਦਾ ਵੀ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਤੁਹਾਡੀਆਂ ਧੀਆਂ ਭੈਣਾਂ ਦੀ ਜਾਂ ਤੁਹਾਡੇ ਘਰ ਦੇ ਵਿੱਚ ਕਿੱਦਾਂ ਦੀ ਰਿਸਪੈਕਟ ਕਰਦੇ ਆ ਤੁਹਾਡੀ ਹਾਈਟ ਕਿੰਨੀ ਆ ਮੇਰੀ ਹਾਈਟ ਜੀ 5 ਫੁੱਟ 8.5 ਇੰਚ Thank you. Thank you, Weber. Thank you so much once again. आई होप तुसी पसंद करोगे जिदा पिछले गाने नूं कीता इह वीडियो नूं भी करोगे इदां ही ऑडियो नूं तुसी ऑलरेडी बहुत पसंद कीता ते दो घोड़े ऑडियो दे विच तुहानूं लिरिक्स भी थोड़े जे चेंज मिलणगे आई होप ओह लिरिक्स नूं भी तुसी पसंद करोगे थैंक यू सो मच सत श्री अकाल जी बाय